ਪਹਿਲੇ ਮੁਬਾਰਕਾਂ ਨੇ ਤੁਹਾਨੂੰ ਅੱਜ ਦੇ ਦਿਨ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਸਾਰਿਆਂ ਦਾ ਅਤੇ ਸੰਗਤਾਂ ਦਾ ਵੀ ਜਿਹੜੇ ਦੇਖ ਰਹੇ ਨੇ, ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ, ਕਿਵੇਂ ਦਾ ਸਮਾਗਮ ਰਿਹਾ? ਦੋਵਾਂ ਪਰਿਵਾਰਾਂ ਦੇ ਵਿੱਚੋਂ ਕਿੰਨੇ ਕੁ ਲੋਕ ਰਿਸ਼ਤੇਦਾਰ ਲੱਗੇ? ਜ਼ਿਆਦਾ ਨਹੀਂ, 50-60 ਦੇ ਕਰੀਬ ਸਾਡੇ ਆਪਣੇ ਸੰਗੀ ਸਾਥੀ ਸ਼ਾਮਿਲ ਹੋਏ ਸੀ ਜੀ, ਔਰ ਬਹੁਤ ਸਾਦੇ ਕਿਸਮ ਦਾ ਸਮਾਗਮ ਸੀ ਕੋਈ ਇਹਦੇ 'ਚ। ਭਾਈ ਸਾਹਿਬ, ਤੁਸੀਂ ਵੇਖਿਆ ਜੀ ਸਾਰਾ ਸਾਡਾ ਸਮਾਗਮ ਜਿਹੜਾ ਰੱਖਿਆ, ਕੀ ਇੱਕ ਸੁਨੇਹਾ ਦੇਣ ਦੀ ਤੁਸੀਂ ਚਾਹੁੰਦੇ ਕਿ ਕੀ ਸੁਨੇਹਾ ਜਾਣਾ ਚਾਹੀਦਾ ਜੀ? ਸਾਡਾ ਸੁਨੇਹਾ ਤਾਂ ਇਹੋ ਹੀ ਹੈ ਵੀ ਦੇਖੋ, ਇਹ ਰਸਮਾਂ ਜਿਹੜੀਆਂ ਨੇ, ਜਨਮ ਮਰਨ ਅਤੇ ਜਿਹੜਾ ਵਿਆਹ ਹੈ, ਇਹ ਤਿੰਨ ਰਸਮਾਂ ਨੇ ਬੰਦੇ ਦੇ ਜੀਵਨ ਦੀਆਂ ਮੁੱਖ। ਇਹਨਾਂ ਤਿੰਨਾਂ ਨੂੰ ਸਾਦਗੀ ਨਾਲ ਹੀ ਨਿਭਾਉਣਾ ਚਾਹੀਦਾ, ਤਿੰਨਾਂ ਦੇ ਉੱਤੇ ਨਾ ਤਾਂ ਲੋੜ ਤੋਂ ਬਾਅਦ ਰੌਲਾ ਪਾਉਣਾ ਚਾਹੀਦਾ, ਨਾ ਲੋੜ ਤੋਂ ਬਾਅਦ ਗਾਮੀ ਮਨਾਉਣੀ ਚਾਹੀਦੀ ਹੈ। ਸੋ ਇਹਨਾਂ ਰਸਮਾਂ ਨੂੰ ਸਾਦੇ ਰੂਪ 'ਚ ਨਿਭਾਈਏ, ਨਾ ਕਿਸੇ 'ਤੇ ਬੋਝ ਬਣੀਏ, ਨਾ ਆਪਣੇ ਆਪ 'ਤੇ ਬਣੀਏ। ਪੈਰ ਦੇ ਉੱਤੇ ਸਮਾਗਮ ਪਹਿਲਾਂ ਕਹਿ ਰਹੇ ਸੀ ਜਲੰਧਰ ਹੋਣਾ ਸੀ, ਕਿਉਂ ਬਦਲਣ ਦਾ ਕੋਈ ਸਪੈਸੀਫਿਕ ਪਰਿਵਾਰਕ ਕਾਰਨ ਸੀ? ਨਹੀਂ, ਉਹ ਕਾਰਨ ਸਿਰਫ ਇਸ ਕਰਕੇ ਸੀ ਵੀ ਇਹਨੂੰ ਨਿੱਜੀ ਰੱਖਣਾ ਚਾਹੁੰਦੇ ਸੀ, ਸੋ ਸਾਨੂੰ ਲੱਗਦਾ ਸੀ ਵੀ ਲੋਕੇਸ਼ਨ ਡਿਸਕਲੋਜ਼ ਹੋਣ ਨਾਲ ਇਹ ਸਮਾਗਮ ਨਿੱਜੀ ਰਹਿ ਨਹੀਂ ਸਕਦਾ, ਔਰ ਇਸ ਕਰਕੇ ਸਾਨੂੰ ਇਹ ਬਦਲਣਾ ਪਿਆ। ਭਾਈ ਸਾਹਿਬ, ਤੁਹਾਡੀ ਲੋਕ ਬੜੇ ਤੁਹਾਡੇ ਬੜੇ ਤੁਹਾਡੇ ਜਿਹੜੇ ਵੈਲ ਵਿਸ਼ ਨੇ ਜਾਣਨਾ ਚਾਹੁੰਦੇ ਨੇ ਕਿ ਹਰ ਕੋਈ ਚਾਹੁੰਦਾ ਕਿ ਇਨ ਲੋਸ ਕਿੱਥੋਂ ਦੇ ਨੇ ਔਰ ਕੀ ਕਦੋਂ ਤੋਂ ਇਹ ਵਿਆਹ ਦੀ ਗੱਲ ਚੱਲ ਰਹੀ ਸੀ? ਨਹੀਂ ਦੇਖੋ, ਇਹ ਕੁਛ ਨਿੱਜੀ ਗੱਲਾਂ ਨੇ, ਪਰ ਉਹ ਯੂਕੇ ਤੋਂ ਨੇ ਪਰਿਵਾਰ, ਸੋ ਇਹਨਾਂ ਕਿਵੇਂ ਦੱਸ ਸਕਦਾ। ਅਤੇ ਤੁਸੀਂ ਇੱਥੇ ਰਹੋਗੇ? ਇੱਥੇ ਇੱਥੇ ਨਹੀਂ, ਆਪਣਾ ਪੰਜਾਬ 'ਚ ਹੀ ਹੈ, ਪੰਜਾਬ ਛੱਡ ਕੇ ਨਾ ਮੈਂ ਕਿਤੇ ਜਾਣਾ ਨਾ ਮੇਰੀ ਸਿੰਘਣੀ ਕਿਤੇ। ਇੱਕ ਕੌਮੀ ਇਨਸਾਨ ਮੋਰਚੇ ਦਾ ਜੇ ਦੋ ਲਫ਼ਜ਼ ਕਹਿਣੇ, ਦੇਖੋ ਛੇਤੀ ਮਹਾਰਾਜ ਕਿਰਪਾ ਕਰਨ ਉੱਥੇ ਹਾਜ਼ਰੀ ਭਰਾਂਗੇ। ਧੰਨਵਾਦ ਜੀ।